ਕਹਿੰਦਾ ਹੁਣ ਹੀ ਆਉਂਦਾ ਉੱਠ ਕੇ ਮੈਂ ਕਿਹਾ ਉੱਠ ਕਹਿੰਦਾ ਉਹਨਾਂ ਤੋਂ ਨਹੀਂ ਉੱਠਿਆ ਜਾਣਾ ਤੂੰ ਘਰੇ ਉੱਠ ਕੇ ਨਹੀਂ ਆ ਸਕੇ ਲਾਂਤੀਆਂ ਨੂੰ ਮੋਟੇ ਕੀ ਕਹਿਣਾ ਚਾਹੋਗੇ ਲਾਂਤੀਆਂ ਬੰਦਿਆਂ ਨੂੰ ਜਿਹੜੇ ਪੰਕੇ ਗੁੱਡ ਮਾਰਨਿੰਗ ਸਵੇਰ ਸਵੇਰ ਦੀ ਸ਼ੁਭ ਕਾਮਨਾਵਾਂ ਸਾਰਿਆਂ ਨੂੰ ਅਨਾ ਹਰ ਪ੍ਰਭ ਪ੍ਰਭ ਅੱਜ ਆਪਣੇ ਘਰੇ ਭਲਾ ਕੀ ਆਉਣ ਲੱਗਾ ਪ੍ਰਭਾਤ ਫੇਰੀ ਆਉਣ ਲੱਗੀ ਅੱਜ ਆਪਣੇ ਘਰੇ ਠੀਕ ਹੈ ਨਾ ਇਸੇ ਲਈ ਜਿਹੜੇ ਮੀਆਂ ਤੇਰੀਆਂ ਮੂੰਹ ਦੇ ਵਿੱਚੋਂ ਲਾਲਾਂ ਡਿੱਗਦੀਆਂ ਇਹ ਗਲਾਸ ਜਮਣਾ ਤੈਨੂੰ ਉਦੋਂ ਬਾਅਦ ਖਾਣ ਨੂੰ ਮਿਲਣਗੀਆਂ ਜਦੋਂ ਕਿ ਆਪਣੇ ਘਰੋਂ ਪ੍ਰਭਾਤ ਫੇਰੀ ਚੱਲ ਜਾਵੇਗੀ ਸਮਝਦੀ ਹਾਂ ਜਿੱਦਾਂ ਕਿ ਜਵਾਕਾਂ ਨੂੰ ਅਕਸਰ ਮਹਿਮਾਨ ਦੇ ਘਰੋਂ ਜਾਣ ਤੋਂ ਬਾਅਦ ਚੀਜ਼ ਮਿਲਦੀ ਹੁੰਦੀ ਆ ਉਹ ਵਾਲਾ ਸਿਸਟਮ ਤੇਰੇ ਨਾਲ ਹੋਣਾ ਅੱਜ ਓਕੇ ਨਹੀਂ ਪਹਿਲਾਂ ਨਹੀਂ ਲੈ ਸਕਦੇ ਪਹਿਲਾਂ ਭੋਗ ਲਵਾਉਣਾ ਪੈਂਦਾ ਫਿਰ ਖਾਣਾ ਪੈਂਦਾ ਸਮਝ ਗਈ ਨੋਨੇ ਤੂੰ ਤਗੜਾ ਹੋਗਾ ਤੂੰ ਕੱਛਾਂ 'ਚ ਹੱਥ ਦਿੱਤੇ ਆ ਗੱਲ ਕੀ ਆ ਐਂ ਕਰ ਇਹਨੂੰ ਚਾਚਾ ਦੋ ਮਿੰਟ ਬਾ ਭੱਠੀ ਦੇ ਕੋਲ ਨਿੱਘਾ ਵੇ ਸਾਰੇ ਜਣੇ ਚਾਹ ਦੇ ਸ਼ੌਕੀਨ ਕੌਫੀ ਦੇ ਤੜਕੇ ਤੜਕੇ ਨਿਰਨੇ ਕਾਲਜੇ ਹੈ ਇਹ 'ਚ ਪਤਾ ਨਹੀਂ ਕਿਹੜਾ ਵਿਟਾਮਿਨ ਪਾਇਆ ਜਿਹਦੇ ਨਾਲ ਬੰਦੇ ਦੀਆਂ ਅੱਖਾਂ ਖੁੱਲ ਜਾਂਦੀਆਂ ਮੈਂ ਹਿਸਾਬ ਲਾਇਆ ਲੈ ਦੱਸ ਆਹੋ ਉਹ ਤੇ ਅੱਖਾਂ ਹੀ ਖੋਲਦੀ ਹੈ ਤੜਕੇ ਤੜਕੇ ਹੋਰ ਕਰਦੀ ਕੀ ਹੈ ਅਗੂਏ ਕਹਿੰਦੇ ਚਾਹ ਤੇ ਕੌਫੀ ਅੱਜ ਵੀ ਅੱਖਾਂ ਖੋਲਣ 'ਚ ਦੂਜੇ ਨੰਬਰ ਤੇ ਆ ਪਹਿਲੇ ਨੰਬਰ ਤੇ ਕੀ ਆ ਮੰਮੀ ਇਹ ਅੱਜ ਵੀ ਪਹਿਲੇ ਨੰਬਰ ਤੇ ਸਾਡੀਆਂ ਅੱਖਾਂ ਖੋਲ ਦਿੰਦੀ ਆ ਗੁੱਡ ਮਾਰਨਿੰਗ ਕਹਿੰਦੇ ਆਉਣਾ ਨੀ ਅਗਲਾ ਆਇਆ ਬੈਠਾ ਕਿ ਨਹੀਂ ਕਹਿੰਦਾ ਹੁਣ ਹੀ ਆਉਂਦਾ ਉੱਠ ਕੇ ਕਹਿੰਦਾ ਉਹਨਾਂ ਤੋਂ ਨੀ ਉੱਠਿਆ ਜਾਣਾ ਬੀਬੀ ਕਰੇ ਠੋਣ ਲੱਗੀ ਹੋਈ ਜੇ ਮੁੱਕੀ ਨੂੰ ਉੱਠ ਫਿਰ ਤੁਹਾਡੇ ਬੀਬੀ ਬਾਰੇ ਨੀ ਉੱਠ ਸੁੱਤਾ ਪਿਆ ਟੀਮ ਰੈਡੀ ਬਸ 1 2 3 ਚੱਕ ਲਿਓ ਸੰਗਤ ਕਹੀ ਨਹੀਂ ਟਰੇਆਂ ਦੇ ਨਾਲ ਹੀ ਹੋ ਗਏ ਉਹ ਗੱਲ ਇੱਧਰ ਲੈ ਸਿਆਣਾ ਬੈਣਾ ਬੰਦਾ ਯਾਰ ਕਰ ਸਿਆਣਾ ਬੈਣਾ ਬੰਦਾ ਖਾਣੀ ਨਹੀਂ ਸਿਆਣਾ ਬੈਣਾ ਉਹਨੇ ਭੁੱਖਾ ਮਰ ਜਾ ਕੇ ਲਓ ਜੀ ਸੰਗਤੋਂ ਕੀ ਕਹਿਣਾ ਚਾਹੋਗੇ ਤੁਸੀਂ ਕਲਾਂਤੀ ਆਪਣੇ ਨਾਲ ਜਿੱਦਾਂ ਮਤਲਬ ਕਿ ਰੋਜ਼ ਅੰਗੂ ਰਹਿੰਦੇ ਗੱਡੀ ਸਟਾਰਟ ਹੋਵੇ ਤੇ ਵਿੱਚ ਬੈਠੇ ਹੁੰਦੇ ਨਾ ਕੋਈ ਕੰਮ ਹੋਵੇ ਦਿਨੇ ਦਿਨੇ ਜਾ ਕੇ ਘੁੰਮਣ ਫਿਰਨ ਜਾਣਾ ਹੋਵੇ ਕੰਮ ਹੋਰ ਸਾਰੇ ਜਿਹੜੇ ਗੁਰੂ ਘਰ ਨੀ ਆ ਸਕੇ ਬਸ ਗੁੱਗੂ ਨੇ ਵਿਆਹ ਤੇ ਆਉਣਾ ਨੀ ਬਈ ਮੈਂ ਪਹਿਲੇ ਕਹਿੰਦਾ ਆ ਬਾਈ ਵੇਖੋ ਸ਼ਰਧਾ ਹੋਣੀ ਚਾਹੀਦੀ ਆ ਚਲੋ ਬਾਕੀ ਹਰੇਕ ਦੀ ਸ਼ਰਧਾ ਵਾ ਆਪਣੀ ਸ਼ਰਧਾ ਆਪਾਂ ਆ ਗਏ ਇਹ ਸਭ ਤੋਂ ਵੱਡਾ ਲਾਂਤੀ ਆ ਨੇੜੇ ਆਉਣਾ ਕਿੰਨੀ ਲੇਟ ਆਇਆ ਨੱਤੀਆਂ ਪਾਈਆਂ ਖੂਨ ਤਾਂ ਸਾਡੇ ਵਿੱਚ ਵੀ ਦਾੜੇ ਵਾਲਿਆਂ ਦਾ ਨਹੀਂ ਮੈਂ ਕਹਿਤਾ ਮੈਂ ਨਲੀ ਚੱਕ ਐ ਮਾਰਨੀ ਤੇਰੇ ਸੌਣ ਲੱਗੇ ਗੁੱਸਾ ਨੀ ਗਾ ਨਲੀ ਐ ਆਉਣੀ ਤੇ ਐ ਜਾਣੀ ਤੇ ਐ ਬਹੁਤ ਕੱਬਾ ਸੁਭਾਅ ਮੇਰਾ ਓਨੀ ਛੇਤੀ ਗੋਲੀ ਆਉਣੀ ਇੰਨੀ ਛੇਤੀ ਮੈਨੂੰ ਆ ਜਾਣੀ ਬਾਹਰ ਹਾਂਜੀ ਗਾਇਜ਼ ਤੁਸੀਂ ਦੇਖ ਹੀ ਲਓ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਅਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਬਾਕੀ ਗਾਇਜ਼ ਇੱਦਾਂ ਦੀ ਇਹਨਾਂ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।